ਪਹਿਲਾਂ ਤਾਂ ਇਹ ਦੱਸੋ ਕਿ ਗਾਇਕੀ 'ਚ ਆਉਣ ਦਾ ਰੁਝਾਨ ਤੁਹਾਡਾ ਕਦੋਂ, ਇੰਟਰਸਟ ਕਦੋਂ ਜਾਗ ਗਿਆ? ਇਹ ਭਾਅ ਜੀ ਜਦ ਮੈਂ 10-11 ਈਅਰਸ ਓਲਡ ਸੀਗਾ। ਅੱਛਾ ਜੀ। ਤਦ ਤੋਂ ਮੇਰੇ ਪੇਰੈਂਟਸ 'ਚ ਮੇਰੇ ਡੈਡ ਜਿਹੜੇ ਨੇ ਜੀ, ਮੇਰੇ ਡੈਡ ਨੇ ਮੈਨੂੰ ਬਹੁਤ ਇਨਕਰੇਜ ਕੀਤਾ ਇਸ ਲਾਈਨ 'ਚ ਆਉਣ ਲਈ। ਕਿ ਤੁਸੀਂ ਖੁਦ ਨਹੀਂ, ਤੁਹਾਡੀ ਫੈਮਿਲੀ ਨੇ ਤੁਹਾਨੂੰ? ਹਾਂਜੀ ਹਾਂਜੀ। ਇੱਧਰ ਜਾ, ਪਹਿਲਾਂ ਇਹ ਦੱਸੋ ਤੁਹਾਡੀ ਆਪਣੀ ਜਰਨੀ ਕਿੱਥੋਂ ਸਟਾਰਟ ਹੋਈ ਹੈ, ਸਕੂਲਿੰਗ ਕਿੱਥੋਂ ਰਹੀ ਹੈ ਤੁਹਾਡੀ? ਮੇਰੀ ਸਕੂਲਿੰਗ US ਤੋਂ ਰਹੀ ਹੈ। ਅੱਛਾ। ਆਈ ਵਾਸ ਬੋਰਨ ਐਂਡ ਬਰਡ ਅਪ ਇਨ US। ਓਕੇ। ਮੇਰੇ ਮਨ 'ਚ ਬੜਾ ਹੁੰਦਾ ਸੀਗਾ ਵੀ ਮੈਨੂੰ ਪੰਜਾਬੀ ਸਿੱਖਣੀ ਹੈ ਪ੍ਰੋਪਰਲੀ, ਕਿਉਂਕਿ ਆਪਣੀ ਰੂਟਸ ਤਾਂ ਪੰਜਾਬ 'ਚ ਹੀ ਹੈ। ਬਿਲਕੁਲ। ਤੇ ਉਹ ਪੰਜਾਬੀ ਸੁਣਦੇ ਸਾਰ ਨਾ ਕੁਛ ਇੱਕੋ ਦੀ ਵਾਈਬ ਹੈ ਜਿਹੜੀ ਐਂ ਦਿਲ ਨੂੰ ਟੱਚ ਕਰ ਜਾਂਦੀ ਹੈ। ਤਾਂ ਜਦ ਮੈਂ ਉਹ ਪਲੇਸ ਐਂਟਰ ਕੀਤਾ, ਮੈਨੂੰ ਐਂ ਲੱਗਿਆ ਵੀ ਯਾਰ ਇਹ ਪਲੇਸ ਨਾਲ ਮੇਰਾ ਕੋਈ ਕਨੈਕਸ਼ਨ ਹੈਗਾ। ਮੈਨੂੰ ਐਂ ਲੱਗਿਆ ਵੀ ਯਾਰ ਇਹ ਪਲੇਸ ਨਾਲ ਮੇਰਾ ਕੋਈ ਕਨੈਕਸ਼ਨ ਹੈਗਾ। ਗੁਰਬਾਣੀ ਨਿਊਜ਼ ਮਿਊਜ਼ਿਕ ਐਂਟਰਟੇਨਮੈਂਟ ਸ਼ੋਅ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।